ਔਰ ਮੈਂ ਤੇ ਤੰਗ ਆ ਗਿਆ, ਹਾਲੇ 10 ਦਿਨ ਹੋਰ ਨੇ ਘਰ ਬੈਠਣ ਦੇ। ਉਹ ਸਾਡਾ ਫਾਇਦਾ ਹੀ ਹੈ, ਜੇ ਘਰ ਬੈਠਾਂਗੇ ਨਾ ਤੇ ਇਹ ਇਹ ਬਿਮਾਰੀ ਤੋਂ ਬਚਾਂਗੇ। ਇਹ ਬਿਮਾਰੀ ਤੋਂ ਬਚਾਂਗੇ, ਪਰ ਟਾਈਮ ਕਿੱਦਾਂ ਬਾਤ ਕਰੀ ਯਾਰ, ਹਾਲ ਚਾਲ ਪੁੱਛ ਲਈ, ਯਾਰਾਂ ਦੋਸਤਾਂ ਨਾਲ ਕਹਿੰਦਾ ਪੁੱਛੀਏ, ਸਭ ਦਾ ਪੁੱਛ ਬੈਠਾ ਆ। ਖਰ ਪਿਛਲੇ ਨੂੰ ਕਰ, ਪਿਛਲੇ ਨੂੰ ਮੈਂ ਗੱਬਰ ਨੂੰ ਕਰਦਾ। ਹੈਲੋ ਗੱਬਰ ਭਾਪ ਜਾਨੀ? ਨਹੀਂ ਜੀ, ਸ਼ੁਗਲੀ ਚੁਗਲੀ ਸ਼ੁਗਲੀ ਚੁਗਲੀ ਜੀ, ਸਤਿ ਸ਼੍ਰੀ ਅਕਾਲ ਭਾਜੀ। ਕਿੱਥੇ ਆ? ਮੈਂ ਰਾਣੀ ਬਾਜ਼ਾਰ। ਰੈਨਕ ਬਾਜ਼ਾਰ? ਅੱਛਾ ਕਮਾਲ ਆ। ਇੱਕ ਵਾਰ ਨਾ ਭੀਰੇ ਸ਼ਰਾਬੀ ਨਾਲ ਗੱਲ ਕਰਾ, ਮੈਨੂੰ ਪਤਾ ਆ, ਫੋਨ ਕਰ ਲਓ ਤੁਸੀਂ ਆਪ। ਚੰਗਾ ਜੀ, ਹੈਗਾ ਨੰਬਰ ਉਹਦਾ ਭੀਰੇ ਸ਼ਰਾਬੀ ਦਾ? ਮੈਂ ਦੱਸ, ਮੈਂ ਕਰਦਾ। ਉਹ ਰੈਨਕ ਬਾਜ਼ਾਰ ਘੁੰਮਣ ਡਿਆ? ਸਮਝ ਨਹੀਂ, ਸਾਡੇ ਲੋਕ ਸਮਝਦੇ ਨਹੀਂ। ਚੁਗਲੀ ਚੁਗਲੀ ਦਾ ਫੋਨ। ਹੈਲੋ। ਹਾਂ ਵੀਰੇ, ਕੀ ਹਾਲ ਹੈ? ਹਾਂਜੀ ਵਧੀਆ ਵਧੀਆ ਜੀ, ਤੁਸੀਂ ਸੁਣਾਓ ਆਪਣਾ। ਬਸ ਠੀਕ ਆ, ਆਪਾਂ ਵੀ ਯਾਰ। ਮੈਂ ਹੈਗਾ ਮਾਡਲ ਟਾਊਨ। ਮਾਡਲ ਟਾਊਨ ਯਾਰ, ਕਮਾਲ ਆ ਯਾਰ, ਬਾਹਰ ਨਹੀਂ ਨਿਕਲਣਾ ਚਾਹੀਦਾ। ਗੱਬਰ ਵੀ ਬਾਹਰ ਘੁੰਮਣ ਡਿਆ, ਤੂੰ ਵੀ ਬਾਹਰ ਘੁੰਮਣ ਡਿਆ, ਘਰ ਬੈਠੋ ਯਾਰ। ਉਹ ਪਿਛਲੇ ਨਾਲ ਗੱਲ ਕਰਾ ਯਾਰ, ਉਹਨੂੰ ਵੀ ਮੈਂ ਸਮਝਾਉਣਾ। ਆਹੋ ਪਿਛਲੇ ਨੂੰ ਫੋਨ ਕਰ ਲਓ, ਤੁਸੀਂ ਮੈਨੂੰ ਫੋਨ ਕਰ ਸਕਦੇ, ਪਿਛਲੇ ਨੂੰ ਕਰ ਲਓ। ਵਿਛਣਾ ਵੀ ਇੰਨੀ ਗਾ, ਹੱਦ ਹੋ ਗਈ ਯਾਰ, ਕਮਾਲ ਆ ਤੁਹਾਡੇ ਵਾਲੀ। ਹੈਂ, ਕਰਦੇ ਹਾਂ ਆਪਾਂ ਵਿਛਣੇ ਨੂੰ ਗੱਲ ਕਰਦੇ ਹਾਂ। ਵਿਛਣੇ ਨੂੰ, ਵਿਛਣਾ ਵੀ ਘਰ ਇੰਨੀ ਗਾ। ਅੱਛਾ ਹੈਲੋ, ਆ ਵੀ ਪਿਛੇ ਸਿੰਘ। ਹਾਂਜੀ ਹਾਂਜੀ, ਪਿਛੇ ਸਿੰਘ ਬੋਲ ਰਿਹਾ। ਚੁਗਲੀ ਚੁਗਲੀ ਜੀ, ਹੋ ਗਈ ਨਾ ਬਸ, ਘਰ ਬਹਿ ਬਹਿ ਕੇ। ਨਹੀਂ ਮੈਂ ਘਰ ਹੈ ਹੀ ਨਹੀਂ। ਘਰ ਨਹੀਂ ਹੈਗਾ? ਕਿੱਥੇ ਹੈਗਾ? ਨਹੀਂ ਮੈਂ ਜੋਤੀ ਚੌਂਕ ਘੁੰਮਣਾ ਆ। ਜੋਤੀ ਚੌਂਕ? ਉੱਥੇ ਤਾਂ ਪੁਲਿਸ ਬੜੀ ਖੜੀ ਯਾਰ, CRP ਖੜੀ ਹੈ। ਉਹ ਆਪਾਂ ਨੂੰ ਨਹੀਂ ਡਰ ਲੱਗਦਾ? ਕਮਾਲ ਯਾਰ, ਤੁਹਾਡੀ ਤਿੰਨਾਂ ਭਰਾਵਾਂ ਦੀ ਚੱਲਦੀ ਹੈ। ਉਹ ਯਾਰ, ਅੱਜ ਕੱਲ੍ਹ ਤਾਂ ਤਿੰਨੋਂ ਭਰਾ ਇਕੱਠੇ ਹੋ ਗਏ, ਬਹਿ ਜਾਓ। ਹਾਂ, 4-5 ਮਿੰਟ 'ਚ ਅਸੀਂ ਇਕੱਠੇ ਹੋ ਜਾਣਾ ਸਾਰਿਆਂ ਨੇ। ਅੱਛਾ 5 ਮਿੰਟ 'ਚ ਪਹੁੰਚ ਰਹੇ ਘਰ ਤਿੰਨੋਂ ਜਾਣੇ? ਤਿੰਨੋਂ ਤਿੰਨੋਂ ਨੇ ਇਕੱਠੇ ਹੋ ਜਾਣਾ। ਚਲੋ ਫਿਰ ਆਪਾਂ ਤੁਹਾਡੇ ਤਿੰਨ, ਜੋ ਤਿੰਨੋਂ ਇਕੱਠੇ ਹੋਏ ਨਾ ਫੋਨ ਕਰਿਓ, ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਠੀਕ ਹੈ, ਕੋਈ ਚੱਲੀਏ ਚੱਕਰ ਲਾ ਕੇ। ਹੁਣ ਲਾਈਏ ਫੋਨ ਚੁਗਲੀ ਚੁਗਲੀ ਨੂੰ। ਹਾਂਜੀ, ਤਿੰਨੋਂ ਭਰਾ ਇਕੱਠੇ ਹੋ ਗਏ? ਹਾਂਜੀ ਹੋ ਗਏ ਅਸੀਂ ਇਕੱਠੇ ਤਿੰਨੇ। ਹਾਂਜੀ ਤਿੰਨੇ ਆ। ਕਿੱਥੇ ਇਕੱਠੇ ਹੋਏ? PAP PAP? ਓ ਜਾ ਯਾਰ, ਕਮਾਲ ਕਰਦੇ ਪਏ ਤੁਸੀਂ, PAP ਇਕੱਠੇ ਕਿੱਦਾਂ ਹੋ ਗਏ? ਉਹ ਦਰਾ ਚੱਲ, ਉਹ ਅਸੀਂ ਆਪਣੇ ਵਿਹੜੇ ਦਾ ਨਾਂ ਰੱਖਿਆ PAP PAP ਹਾਂਜੀ ਹਾਂਜੀ, ਤੁਸੀਂ ਕਿੱਥੇ? ਆਪਾਂ ਕਿੱਥੇ ਆ? ਆਪਾਂ ਕਿੱਥੇ ਆ? ਮੇਰੀ ਗੱਲ ਕਰਾ। ਹੈਲੋ, ਅਸੀਂ ਨਾ ਸ਼ਿਮਲੇ ਘੁੰਮਣ ਆਏ ਆ। ਸ਼ਿਮਲੇ ਹੋ ਹੀ ਨਹੀਂ ਸਕਦਾ। ਕਿਉਂ ਭਾਜੀ, ਜੇ ਤੁਸੀਂ ਆਪਣੇ ਕਮਰਿਆਂ ਦੇ ਨਾਂ ਜੋਤੀ ਚੌਂਕ, ਆਪਣਾ ਮਾਡਲ ਟਾਊਨ, ਰੈਣਕ ਬਾਜ਼ਾਰ ਰੱਖ ਸਕਦੇ ਹੋ, ਤੇ ਅਸੀਂ ਆਪਣੇ ਕੋਠੇ ਦਾ ਨਾਂ ਸ਼ਿਮਲਾ ਨਹੀਂ ਰੱਖ ਸਕਦੇ? Thank you.